ਬਾਈ ਕੀ ਨਾਂ ਤੁਹਾਡਾ ਜੀ? ਸੁਖਚੈਨ ਸਿੰਘ ਜੀ। ਕੀ ਨਾਂ ਸੀ ਲੜਕੇ ਦਾ ਜਿਹੜੇ ਦਾ? ਮੇਵਾ ਸਿੰਘ ਸੀ। ਤੇ ਬਾਈ ਕਿੱਥੇ ਦਾ ਰਹਿਣ ਵਾਲਾ ਸੀ? ਢਲਵਾਂ ਕਲਾਂ ਦਾ ਜੀ। ਤੇ ਇੱਧਰ ਕੀ ਕਰਨ ਆਏ ਸੀ? ਇੱਥੇ ਨਾਨਕੇ ਸੀਗੇ ਜੀ, ਸਮਾਲ ਸਰ। ਤੇ ਸਾਰੀ ਘਟਨਾ ਕਿਵੇਂ ਵਾਪਰੀ ਹੈ? ਇਹ ਬਾਬਾ ਸੀ ਕਿੱਥੇ ਉਹ ਆਪਣਾ ਪੌਲਤੇ ਜੀ, ਉਹ ਢਲਵਾਂ ਗਿਆ ਸੀ ਤੇ ਉਹਨਾਂ ਨੂੰ ਛੱਡਣ ਆਇਆ ਸੀ। ਉੱਥੇ ਹੋਰ ਮੁੰਡੇ ਵੀ ਨਹਾਈ ਜਾਂਦੇ ਸੀਗੇ ਤੇ ਇਹ ਵੀ ਨਹਾਉਣ ਲੱਗ ਗਿਆ ਨਾਲ। ਹੁਣ ਤਰਨਾ ਤੁਰਨਾ ਆਉਂਦਾ ਨਹੀਂ ਸੀ, ਇਸ ਕਰਕੇ ਉਹਦੀ ਮੌਤ ਹੋ ਗਈ। ਕੱਲ੍ਹ ਦੀ ਗੱਲ ਹੈ, 12 ਵਜੇ ਦੇ ਵਿੱਚ। ਕਰਨੀ ਚਾਹੀਦੀ ਵੱਧ ਤੋਂ ਵੱਧ ਆਮ ਲੋਕਾਂ ਨੂੰ, ਪਿੰਡਾਂ ਦੇ ਮੁੰਡਿਆਂ ਨੂੰ ਸਾਡੀ ਪਾਲਣ ਚ ਮਦਦ ਕਰਨ। ਨਿਰਮਲ ਸਿੰਘ ਆ ਜੀ। ਕਿਹੜੇ ਪਿੰਡ ਦੇ? ਸਮਾਲ ਸਰ ਪਿੰਡ ਆ। ਮਾਪਿਆਂ ਨੂੰ ਹਵਾਲੇ ਕਰ ਦਿੰਦੇ ਤੇ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ। ਪਿੰਡ ਲੈਵਲ ਤੇ ਆਪਦੇ ਤੌਰ ਤੇ ਸਾਰਾ ਕਰ ਰਹੇ ਹੋ ਕੰਮ? ਹਾਂਜੀ, ਅਸੀਂ ਪਿੰਡ ਲੈਵਲ ਤੇ ਕਰ ਰਹੇ ਹਾਂ। ਜੋ ਕੀਤਾ ਨੌਜਵਾਨਾਂ ਮੁੰਡਿਆਂ ਨੇ ਕੀਤਾ, ਜੋ ਵੀ ਰਲ ਕੇ ਕੀਤਾ ਉਹੀ ਕਰੀ ਜਾਂਦੇ ਆ ਜੀ। ਪ੍ਰਸ਼ਾਸਨ ਦਾ ਹੱਕ ਬਣਦਾ ਸੀਗਾ, ਸਾਨੂੰ ਇੱਥੇ ਗੋਤਾਖੋਰ ਭੇਜਦੇ, ਸਾਡਾ ਬੱਚਾ ਸਾਡਾ ਲੱਭ ਜਾਂਦਾ। ਇਹਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਆ, ਤਿੰਨ ਪਿੰਡ ਪਰੇਸ਼ਾਨ ਆ ਜੀ। ਇੱਥੇ ਪ੍ਰਸ਼ਾਸਨ ਨੇ ਸਾਡੇ ਵੱਲ ਕੋਈ ਵੀ ਧਿਆਨ ਨਹੀਂ ਕੀਤਾ। ਅਸੀਂ ਜੀ ਹੁਣ ਇਸ ਤਰ੍ਹਾਂ ਕਰਦੇ, ਪਿੰਡਾਂ ਚੋਂ ਮੁੰਡੇ ਆ ਰਹੇ ਆ, ਢਲਵਾਂ ਦੇ ਮੁੰਡੇ ਆ ਰਹੇ ਆ, ਸਮਾਲ ਸਰ ਦੇ, ਅਸੀਂ ਆਪ ਜਿੱਥੋਂ ਮੁੰਡਾ ਸਾਡਾ ਡੁੱਬਿਆ ਜੀ ਉੱਥੋਂ ਇੱਧਰ ਨੂੰ ਆਵਾਂਗੇ ਜੀ, ਜਿੱਧਰ ਨੂੰ ਪਾਣੀ ਜਾਂਦਾ ਅਸੀਂ ਭਾਲਾਂਗੇ ਜੀ ਆਪ ਜੀ ਨਹਿਰ ਦੇ ਵਿੱਚ ਜੀ।